ਤਿੰਨ ਕੁ ਮਿੰਟ ਹੋ ਗਏ ਨੇ ਅਤੇ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਲਓ ਜੀ ਆਪਾਂ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਜੀ ਆਲੂ ਨੂੰ ਰੱਖਿਆ ਨੂੰ ਦੇਖੋ ਠੰਡੇ ਹੋ ਗਏ ਨੇ ਬਿਲਕੁਲ ਅਤੇ ਹੁਣ ਆਲੂ ਦੇਖੋ ਜੀ ਬਰ ਰਹੀਆਂ ਕੁਰਕਰੀਆਂ ਕੁਰਕਰੀਆਂ ਟਿੱਕੀਆਂ ਬਹੁਤ ਟੇਸਟੀ ਬਣਿਆ ਜੀ ਮਜ਼ਾ ਆ ਗਿਆ ਖਾ ਕੇ ਬਰਗਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੋਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਤੇ ਕਾਫੀ ਟਾਈਮ ਹੋ ਗਿਆ ਸੀਗਾ ਜੀ ਆਪਾਂ ਕੋਈ ਫੂਡ ਦਾ ਵਲੋਗ ਨਹੀਂ ਸੀ ਪਾਇਆ। ਮੈਂ ਕਿਹਾ ਚਲੋ ਅੱਜ ਕੋਈ ਚੀਜ਼ ਬਣਾਉਂਦੇ ਹਾਂ ਘਰੇ ਅਤੇ ਨਾਲ ਨਾਲ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਉਂਦੇ ਹਾਂ ਜੀ ਅਤੇ ਵਲੋਗ ਦੇ ਐਂਡ ਤੱਕ ਬਣੇ ਰਹੋ। ਅੱਜ ਆਪਾਂ ਬਣਾਉਣ ਲੱਗੇ ਜੀ ਬਰਗਰ ਅਤੇ ਆਪਾਂ ਉਹਨਾਂ ਦੀ ਤਿਆਰੀ ਕਰ ਦਿੱਤੀ ਸ਼ੁਰੂ। ਆਹ ਦੇਖੋ ਜੀ ਆਲੂ ਆਪਾਂ ਉਬਲਣੇ ਧਰਤੇ ਨੇ ਅਤੇ ਇਹਨਾਂ ਆਲੂਆਂ ਦੀ ਆਪਾਂ ਬਣਾਵਾਂਗੇ ਜੀ ਵਧੀਆ ਜੀ ਟਿੱਕੀ। ਅਤੇ ਐਂਡ ਤੱਕ ਵਲੋਗ ਦੇਖਿਓ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਜਿਹਨੇ ਨਹੀਂ ਕੀਤਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਜੀ ਕਰਿਆ ਕਰੋ ਜੀ ਕਿੱਦਾਂ ਲੱਗਦਾ ਜੀ ਆਪਣਾ ਵਲੋਗ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਸ਼ਹਿਰ ਵੱਲ ਨੂੰ ਅਤੇ ਮੇਰੇ ਨਾਲ ਨਾਲ ਚਲੋ ਤੁਸੀਂ ਵੀ ਆਪਾਂ ਸਮਾਨ ਖਰੀਦ ਕੇ ਲੈ ਕੇ ਆਉਂਦੇ ਹਾਂ ਬਰਗਰਾਂ ਵਾਲੇ ਮਤਲਬ ਜਿਹੜਾ ਬੰਦ ਬਰਗਰਾਂ ਵਾਲੇ ਉਹ ਲੈ ਕੇ ਆਉਂਦੇ ਹਾਂ ਅਤੇ ਨਾਲ ਸੌਸਿਸ ਵਗੈਰਾ ਲੈਣ ਵਾਲੀਆਂ ਉਹ ਵੀ। ਅਤੇ ਸਾਰੀ ਤਿਆਰੀ ਕਰਾਂਗੇ ਅਤੇ ਐਂਡ ਤੱਕ ਦੇਖਿਓ ਕਿਵੇਂ ਬਣਦੇ ਨੇ ਆਪਣੇ ਬਰਗਰ ਜੀ। ਜੁੜੇ ਰਹੋ ਜੀ ਵਲੋਗ ਦੇ ਐਂਡ ਤੱਕ। ਲਓ ਜੀ ਆਪਾਂ ਨਿਕਲੇ ਹਾਂ ਘਰ ਤੋਂ ਬਾਹਰ ਵੱਲ ਨੂੰ ਅਤੇ ਦੇਖੋ ਜੀ ਜਾ ਰਹੇ ਹਾਂ ਸ਼ਹਿਰ ਵੱਲ ਨੂੰ ਅਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਅਤੇ ਟਾਈਮ ਤਕਰੀਬਨ 12 ਵੱਜ ਗਏ ਨੇ ਜੀ ਦੁਪਹਿਰ ਦਾ ਟਾਈਮ ਹੋ ਗਿਆ ਜੀ ਪਰ ਹਵਾ ਚੱਲ ਰਹੀ ਹੈ ਥੋੜ੍ਹੀ ਥੋੜ੍ਹੀ। ਇੱਧਰ ਜਦੋਂ ਆਪਾਂ ਜਾਂਦੇ ਹਾਂ ਨਾ ਜੀ ਆਪਣੇ ਪਿੰਡ ਤੋਂ ਸ਼ਹਿਰ ਵੱਲ ਨੂੰ ਜਿਹੜੇ ਵਿੱਚ ਛੋਟੇ ਛੋਟੇ ਜਿਹਾ ਰੁੱਖ ਜਿਹੇ ਆਉਂਦੇ ਨੇ ਬੜੇ ਵਧੀਆ ਲੱਗਦੇ ਨੇ ਦੇਖੋ ਫੁੱਲ ਕਿੰਨੇ ਘੈਂਟ ਲੱਗੇ ਨੇ ਇਹਨਾਂ ਦੇ ਮੈਨੂੰ ਇੰਨਾ ਕੁ ਏਰੀਆ ਬਹੁਤ ਵਧੀਆ ਲੱਗਦਾ ਜੀ ਵੈਸੇ ਤਾਂ ਚਲੋ ਸਾਰੀ ਸੜਕ 'ਤੇ ਜੀ ਲੱਗਦਾ ਜੀ ਪਰ ਏਰੀਆ ਬਹੁਤ ਸੋਹਣਾ ਲੱਗਦਾ ਜੀ। ਲਓ ਜੀ ਆਪਾਂ ਪਹੁੰਚ ਗਏ ਸਨੌਰ ਅਤੇ ਅੰਕਲ ਕੋਲੋਂ ਲੈਣ ਲੱਗੇ ਹਾਂ ਬੰਦਾ ਪੱਗੇ ਵੀ ਉੱਥੇ ਲੈ ਗਏ ਨੇ। ਅੰਕਲ ਜੀ ਦੋ ਇੱਕ ਪੈਕਟ ਕਿੰਨੇ ਵਾਲਾ? ਚਾਰ ਪੀਸ ਵਾਲਾ ਚਾਰ ਅਤੇ ਉਸ ਤੋਂ ਵੱਧ ਵਾਲਾ ਜੇਗਾ ਪੰਦਰਾਂ ਪੀਸ ਘੱਟ ਵਾਲੇ ਨੇ ਚਾਰ ਚਾਰ ਵਾਲੇ ਦੋ ਹੋਰ ਯਾਰ ਜ਼ਿਆਦਾ ਕੀ ਕਰਨੇ ਨੇ। ਦੇਖੋ ਆਪਾਂ ਅੰਕਲ ਕੋਲੋਂ ਲੈ ਕੇ ਆਉਂਦੇ ਹੁੰਦੇ ਹਾਂ ਸਮਾਨ ਅਤੇ ਸਨੌਰ ਪਹੁੰਚ ਗਏ ਆਪਾਂ ਜੀ ਦੇਖੋ ਕਿਹੜਾ ਅੰਕਲ ਜੀ ਬੋਨ ਬੋਨ ਦਾ ਕਿੱਟੀ ਚੱਲ ਠੀਕ ਹੈ ਦੋ ਪੈਕਟ ਲਓ ਜੀ ਇਹ ਲੈ ਲੈਣ ਲੱਗੇ ਆਪਾਂ ਅਤੇ ਆਪਾਂ ਪਹੁੰਚ ਗਏ ਜੀ ਆਪਣਾ ਨੈਕਸਟ ਸ਼ੋਪ 'ਤੇ ਜਿੱਥੋਂ ਆਪਾਂ ਲੈਣਾ ਜੀ ਦੂਜਾ ਸਮਾਨ। ਇਹ ਆਪਾਂ ਇੱਥੇ ਸੌਦਾ ਲਈ ਜੀ ਕੀ ਨਾਮ ਵੀਰ ਜੀ ਆਪਣੀ ਸ਼ੋਪ ਦਾ? ਸੁਸ਼ੀਲ ਕਰਿਆਨਾ ਸਟੋਰ ਹੈ ਨਾ? ਸੁਸ਼ੀਲ ਕਰਿਆਨਾ ਸਟੋਰ ਹੈ ਜੀ ਇੱਥੋਂ ਆਪਾਂ ਸਨੌਰ ਤੋਂ ਸੌਦਾ ਲੈਂਦੇ ਹਾਂ ਅਤੇ ਦੇਖੋ ਕਿੱਡਾ ਵੱਡਾ ਗਰੋਸਰੀ ਸਟੋਰ ਹੈ ਅਤੇ ਬੜੇ ਕੋਆਪਰੇਟਿਵ ਇਨਸਾਨ ਨੇ ਬੰਦੇ ਬੜੇ ਵਧੀਆ ਨੇ ਅਤੇ ਆਪਣੇ ਤਾਂ ਕਈ ਸਾਲਾਂ ਤੋਂ ਇੱਥੇ ਆਉਂਦੇ ਨੇ ਪੱਕਾ। ਅਤੇ ਵੀਰ ਜੀ ਸਮਾਨ ਦੇ ਦਿਓ ਇੱਕ ਤੁਸੀਂ ਦੇ ਦਿਓ ਮੈਨੂੰ 1000 ਆਈਲੈਂਡ ਸੌਸ ਦੇ ਦਿਓ ਜੀ ਅਤੇ ਇੱਕ ਦੇ ਦਿਓ ਪੀਜ਼ਾ ਪਾਸਤਾ ਵਾਲਾ ਆਪਣਾ ਪਾਊਚ ਦੇ ਦਿਓ ਜੀ। ਮੈਂ ਕਿਹਾ ਨਾਲੇ ਪਾਣੀ ਪੂਣੀ ਪੀ ਜਾਂਦੇ ਹਾਂ ਇੱਥੋਂ ਨਾਲੇ ਲੈ ਜਾਂਦੇ ਜੀ ਸਮਾਨ ਇੱਥੋਂ ਸਾਰਾ ਮਿਲ ਜਾਂਦਾ ਜੀ ਦੂਜੇ ਪਾਸੇ ਉੱਧਰ ਵੀ ਹੈਗੀ ਜੀ ਸਾਹਮਣੇ। ਸਮਾਨ ਤਾਂ ਸਿਰਫ ਆਪਣਾ ਹੀ ਲੈਣ ਆਇਆ ਸੀ ਮਗਰ ਘਰਦਿਆਂ ਦਾ ਫੋਨ ਆ ਗਿਆ ਵੀ ਇਕੱਠਾ ਹੋ ਗਿਆ ਦਾਲਾਂ ਹੋਰ ਮਸਾਲੇ ਮਸੂਲੇ ਕਈ ਕੁਛ ਨਾਲੇ ਵੀ ਲੈ ਕੇ ਜਾਣਾ ਪੈਣਾ। ਚਲੋ ਕੋਈ ਨਾ ਲੈ ਜਾਂਦੇ ਬਸ ਜੀ ਓਕੇ ਵੀਰ ਜੀ। ਲਓ ਜੀ ਬਾਜ਼ਾਰੋਂ ਆਪਾਂ ਹੋਏ ਹਾਂ ਅਤੇ ਸਮਾਨ ਆਪਣਾ ਤਿਆਰ ਹੈ ਆਲੂ ਗਏ ਨੇ ਉਬਲ ਜੀ ਦੇਖੋ ਕਿੰਨੇ ਵਧੀਆ ਲੱਗਦੇ ਪਏ ਨੇ ਅਤੇ ਹੁਣ ਆਪਾਂ ਬਾਕੀ ਆਪਣਾ ਸਮਾਨ ਜਿਹੜਾ ਲਿਆਂਦਾ ਰੈਡੀ ਹੈ ਜੀ ਅਤੇ ਤਿਆਰੀ ਕਰੀ ਜਾਂਦੇ ਹਾਂ ਨਾਲ ਨਾਲ ਤੁਹਾਨੂੰ ਵਿਖਾਈ ਜਾਂਦੇ ਹਾਂ ਜੀ। ਹਾਂਜੀ ਆਹ ਦੇਖੋ ਹੁਣ ਆਪਾਂ ਲੱਗੇ ਹਾਂ ਜੀ ਪਾਉਣ ਸਮਾਨ ਆਹ ਹੈਗਾ ਜੀ ਪੁਦੀਨਾ ਪੁਦੀਨਾ ਆਪਾਂ ਪਾਤਾ ਜੀ ਵਿੱਚ ਅਤੇ ਇਸ ਤਰ੍ਹਾਂ ਕਰਕੇ ਸਮਾਨ ਆਪਾਂ ਲਾਉਂਦੇ ਜਾਣਾ। ਇਹ ਹੁਣ ਆਪਾਂ ਜਿਹੜਾ ਟਿੱਕੀ ਦਾ ਸਮਾਨ ਤਿਆਰ ਕਰ ਰਹੇ ਹਾਂ ਜੀ ਮਤਲਬ ਟਿੱਕੀ ਦਾ ਜਿਹੜਾ ਕੱਚਾ ਮਸਾਲਾ ਕਹਿ ਲਓ ਜਿਹਨੂੰ ਆਹ ਹੈਗਾ ਜੀ ਇੰਨਾ ਕੁ ਲਸਣ ਆਪਾਂ ਪਾਇਆ ਕਿਉਂਕਿ ਆਹ ਦੇਖੋ ਇੰਨੇ ਕੁ ਆਲੂ ਨੇ ਆਪਣੇ ਕੋਲ 10-12 ਆਲੂ ਨੇ ਜੀ ਇਹਨਾਂ ਆਲੂਆਂ ਵਾਸਤੇ ਆਪਾਂ ਇੰਨਾ ਕੁ ਸਮਾਨ ਤਿਆਰ ਕਰਨਾ ਅਤੇ ਆਪਾਂ ਲਸਣ ਪਾਤਾ ਜੀ ਵਿੱਚ ਅਤੇ ਉਸ ਤੋਂ ਬਾਅਦ ਜਿਹੜੇ ਆਪਾਂ ਮਸਾਲੇ ਪਾਉਣੇ ਆ ਜੀ। ਲਓ ਜੀ ਹੁਣ ਆਪਾਂ ਇਹਦੇ 'ਚ ਲੱਗੇ ਹਾਂ ਪਾਉਣ ਜੀ ਸਭ ਤੋਂ ਪਹਿਲਾਂ ਇਹਨੂੰ ਸਿੰਧਾ ਨਮਕ ਜਿਹਨੂੰ ਕਾਲਾ ਨਮਕ ਵੀ ਕੀ ਕਹਿ ਦਿੰਦੇ ਆ ਇਹ ਪਾਉਣਾ ਜੀ ਇਹਦੇ 'ਚ ਅੰਦਾਜ਼ੇ ਜੇ ਨਾਲ ਪਾ ਦੇਣਾ ਜਿਹੜਾ ਆਪਣੇ ਆਲੂਆਂ ਵਾਸਤੇ ਜਿਹੜਾ ਠੀਕ ਰਹੇ ਅਤੇ ਆ ਲਓ ਜੀ ਇਹ ਪਾਤਾ। ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਲਾਲ ਮਿਰਚ ਅਤੇ ਮਿਰਚ ਥੋੜ੍ਹੀ ਆਪਾਂ ਤੇਜ਼ ਰੱਖਾਂਗੇ ਇਸ ਕਰਕੇ ਆ ਲਓ ਜੀ ਦੋ ਆਪਾਂ ਇਹਦੀਆਂ ਭਰ ਕੇ ਪਾ ਦਈਏ ਜੀ ਆਹ ਛੋਟੇ ਚਮਚੇ ਮਿਰਚ ਦੇ ਲਾਲ ਮਿਰਚ ਦੇ
ਉਸ ਤੋਂ ਬਾਅਦ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਜੀ ਜੀਰਾ ਪਾਊਡਰ। ਜੀਰਾ ਪਾਊਡਰ ਵੀ ਆਪਾਂ ਜਿਹੜਾ ਅੰਦਾਜ਼ੇ ਨਾਲ ਪਾ ਦਾਂਗੇ ਜੀ, ਦੇਖੋ ਪਤਾ ਹੀ ਲੱਗ ਜਾਂਦਾ ਜੀ, ਡੇਢ ਕੁ ਚਮਚਾ ਡੇਢ ਚਮਚਾ ਪਾਉਣਾ ਜੀ। ਹਾਂ ਦੇਖੋ ਜੀ, ਅਤੇ ਇਹ ਪਾਉਂਦਾ ਜੀ ਆਪਾਂ ਧਨੀਆ ਪਾਊਡਰ। ਐਕਚੁਲੀ ਧਨੀਆ ਪਾਊਡਰ ਜੀ, ਮੇਰੇ ਮੂੰਹ ਜੀਰਾ ਪਾਊਡਰ ਨਿਕਲ ਗਿਆ ਜੀ, ਇਹ ਹੈਗਾ ਜੀ ਧਨੀਆ ਪਾਊਡਰ। ਅਤੇ ਆਹ ਲਓ ਜੀ, ਇਹ ਆਪਾਂ ਚੀਜ਼ਾਂ ਮਿਕਸ ਕਰਤੀਆਂ, ਅਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਨਿੰਬੂ ਪਾਉਣਾ ਜੀ। ਲਸਣ ਤਾਂ ਆਪਾਂ ਪਹਿਲਾਂ ਪਾ ਹੀ ਚੁੱਕੇ, ਤੁਹਾਨੂੰ ਦੱਸਿਆ ਜੀ, ਨਿੰਬੂ ਜਿਹੜਾ ਕਾਫੀ ਮਾਤਰਾ 'ਚ ਆਪਾਂ ਨਿਚੋੜ ਦੇਣਾ ਵਿੱਚ। ਆਹ ਦੇਖੋ ਜੀ, ਹੁਣ ਦੇਖ ਲਓ ਜੀ, ਪੁਦੀਨਾ ਆ ਗਿਆ, ਲਸਣ ਆ ਗਿਆ ਜੀ, ਲਾਲ ਮਿਰਚ, ਸਿੰਧਾ ਨਮਕ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਆਪਣਾ ਰਹਿ ਗਿਆ ਜੀ ਚਾਟ ਮਸਾਲਾ ਪਾਉਣ ਵਾਲਾ, ਇਹ ਵੀ ਵਿੱਚ ਪਾਉਣਾ ਜੀ, ਸਵਾਦ ਅਨੁਸਾਰ ਪਾ ਦਿਓ ਜੀ। ਬਸ ਇਹ ਵੀ ਇੱਕ ਚਮਚਾ ਤਕਰੀਬਨ ਪਾਉਣਾ, ਕਿਉਂਕਿ ਆਲੂ ਆਪਣੇ ਕੋਲ ਕਾਫੀ ਨੇ, ਅਤੇ ਜੇ ਆਪਾਂ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਪਾਵਾਂਗੇ ਤਾਂ ਹੀ ਟੇਸਟ ਬਣੂਗਾ ਜੀ। ਆਹ ਦੇਖੋ, ਇਹਦੇ ਵਿੱਚ ਹੁਣ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਆਪਾਂ, ਨਿੰਬੂ ਥੋੜ੍ਹਾ ਜਿਹਾ ਘੱਟ ਆ, ਹੋਰ ਨਿਚੋੜ ਦਾਂਗੇ ਇਹਦੇ 'ਚ, ਫਿਰ ਪਾਣੀ ਪਾਉਂਦੇ ਹਾਂ ਜੀ। ਇਹਦੇ 'ਚ ਆਪਾਂ ਪਾਦਣ ਲੱਗੇ ਹਾਂ ਜੀ ਥੋੜ੍ਹਾ ਜਿਹਾ ਪਾਣੀ, ਸੋ ਡੈਟ ਆਪਾਂ ਇਹਨੂੰ ਜਿਹੜਾ ਗ੍ਰਾਇੰਡ ਕਰ ਸਕੀਏ, ਇੰਨਾ ਕੁ ਪਾਣੀ ਪਾਉਣਾ ਜੀ, ਤਾਂ ਬਾਅਦ ਦੇਖੋ ਜੀ ਘੋਲ ਜਿਹਾ ਬਣ ਜਾਵੇ, ਪੇਸਟ ਜਿਹੜੀ ਬਣ ਜਾਵੇ, ਫਿਰ ਆਪਾਂ ਇਹਦੇ ਵਿੱਚ ਜਿਹੜਾ ਬਾਕੀ ਦਾ ਮਸਾਲਾ ਜਿਹੜਾ ਆਲੂ ਵਗੈਰਾ ਆਪਾਂ ਇਹ 'ਚ ਰਿੰਨਣੇ ਨੇ ਜੀ, ਮਤਲਬ ਚੰਗੀ ਤਰ੍ਹਾਂ ਇਹਨੂੰ ਤੜਕਣਾ ਕਹਿ ਲਓ। ਆਹ ਦੇਖੋ ਜੀ, ਐਂਡ ਕਰ ਦੇਣਾ ਇਹਨੂੰ ਆਪਾਂ ਗ੍ਰਾਇੰਡ, ਇੱਕ ਮਿੰਟ 'ਚ ਗ੍ਰਾਇੰਡ ਹੋ ਜਾਣੀ ਹੈ ਜੀ। ਜਿਹੜੀ ਟਿੱਕੀ ਆਪਾਂ ਬਣਾਉਣੀ ਹੈ ਉਹਦੇ 'ਚ ਜਿਹੜੇ ਮਟਰ ਪਾਉਣੇ ਬਹੁਤ ਜ਼ਰੂਰੀ ਆ। ਦੇਖੋ ਆਪਣੇ ਕੋਲ ਫਰੋਜ਼ਨ ਜਿਹੜੇ ਆ ਮਟਰ ਪਏ ਹੋਏ ਨੇ, ਅਤੇ ਇਹਦੇ 'ਚ ਆਪਾਂ ਮਟਰਾਂ 'ਚ ਥੋੜ੍ਹਾ ਜਿਹਾ ਪਾਣੀ ਐਡ ਕਰ ਦਾਂਗੇ, ਕਿਉਂਕਿ ਆਹ ਦੇਖੋ ਬਰਫ਼ ਜੰਮੀ ਨਾ ਇਹਦੇ ਵਿੱਚ, ਅਤੇ ਪਾਣੀ ਐਡ ਕਰਕੇ ਇਹਨੂੰ ਆਪਾਂ 5-7 ਮਿੰਟ ਲਈ ਜਿਹੜਾ ਰੱਖ ਦਾਂਗੇ ਜੀ। ਆਹ ਦੇਖੋ ਜੀ, ਅਤੇ ਇਸ ਜਿਵੇਂ ਪੋਹਾ ਪਿਆ ਉਵੇਂ ਇਹ ਪਏ ਹੋਏ ਨੇ ਜੀ, ਕਿਉਂਕਿ ਆਪਾਂ ਰੱਖਦੇ ਨੇ, ਸੋ ਡੈਟ ਥੋੜ੍ਹੇ ਜਿਹੇ ਨੋਰਮਲ ਟੈਂਪਰੇਚਰ 'ਚ ਆ ਜਾਣ, ਅਤੇ ਜਿਹੜੇ ਆਪਾਂ ਨੂੰ ਫਰਾਈ ਕਰਨੇ ਸੌਖੇ ਰਹਿਣ ਜੀ। ਲਓ ਜੀ, ਹੁਣ ਆਪਾਂ ਪਾਉਣ ਲੱਗੇ ਹਾਂ ਰਿਫਾਈਂਡ, ਜਿਹਦੇ 'ਚ ਆਪਾਂ ਜਿਹੜਾ ਆਹ ਵਾਲਾ ਮਸਾਲਾ ਤਿਆਰ ਕੀਤਾ ਜੀ, ਇਹਨੂੰ ਆਪਾਂ ਭੁੰਨਣਾ ਮਤਲਬ, ਅਤੇ ਆਹ ਲਓ ਜੀ, ਇੰਨਾ ਕੁ ਆਪਾਂ ਰਿਫਾਈਂਡ ਪਾ ਦੇਣਾ, ਸੋ ਡੈਟ ਜਿਹੜਾ ਇਹ 'ਚ ਮਸਾਲਾ ਜਿਹੜਾ ਥੱਲੇ ਨਾ ਲੱਗੇ ਅੰਦਾਜ਼ੇ ਨਾਲ, ਮਤਲਬ ਕਿ 5-6 ਚਮਚ, ਅਤੇ ਉਸ ਤੋਂ ਬਾਅਦ ਆਪਾਂ 2-3 ਮਿੰਟ ਦੇ ਵਿੱਚ ਜਿਹੜਾ ਗਰਮ ਹੋ ਜੂਗਾ ਤੇਲ, ਫਿਰ ਇਹ ਮਸਾਲਾ ਪਾਉਣਾ ਜੀ ਵਿੱਚ, ਅਤੇ ਆਹ ਲਓ ਜੀ ਪਾ ਦੇਣ ਲੱਗੇ ਆਪਾਂ ਵਿੱਚ, ਇਹਨੂੰ ਆਪਾਂ ਭੁੱਜਣ ਦੇਣਾ ਜੀ ਚੰਗੀ ਤਰ੍ਹਾਂ, ਕੱਪ ਕਰ ਦਿੰਦੇ ਸਾਫ਼ ਤਾਂ ਜੋ ਉਹਦੇ ਵਿੱਚ ਮਸਾਲਾ ਜਿਹੜਾ ਲੱਗਣਾ ਹੈ ਜੀ। ਆਹ ਦੇਖੋ ਜੀ, ਇਹਨੂੰ ਆਪਾਂ 5-7 ਮਿੰਟ ਜਿਹੜਾ ਜੀ ਇਸ ਤਰ੍ਹਾਂ ਕਰਕੇ ਤੜਕੇ ਨੂੰ ਜਿਹੜਾ ਭੁੰਨਣਾ ਜੀ। ਆਹ ਦੇਖੋ, ਅਤੇ ਆਹ ਦੇਖੋ ਜੀ, ਆਪਾਂ ਨੂੰ ਤਕਰੀਬਨ 3-4 ਮਿੰਟ ਹੋ ਗਏ ਨੇ, ਅਤੇ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਮਸਾਲਾ ਆ ਗਿਆ ਜੀ, ਅਤੇ ਇਹਦੇ ਵਿੱਚ ਨਾ ਮੈਂ ਤੁਹਾਨੂੰ ਮਟਰ, ਆਹ ਦੇਖੋ ਜੀ ਮਟਰ ਮੈਂ ਕੀਤੇ ਸੀਗੇ ਪਾਣੀ 'ਚੋਂ ਕੱਢੇ ਸੀਗੇ, ਫਰੋਜ਼ਨ ਸੀ ਜਿਹੜੇ ਤੁਹਾਨੂੰ ਵਿਖਾਏ ਆ, ਇਹਨਾਂ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ, ਅਤੇ ਚੰਗੀ ਤਰ੍ਹਾਂ ਆਪਾਂ ਭੁੰਨਣਾ, ਅਤੇ ਬਾਅਦ ਦੇ ਵਿੱਚ ਆਪਾਂ ਪੋਹਾ ਐਡ ਕਰਾਂਗੇ ਜੀ, ਉਹ ਵੀ ਤੁਹਾਨੂੰ ਵਿਖਾਵਾਂਗਾ ਮੈਂ। ਲਓ ਜੀ, ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ, ਅਤੇ ਤਕਰੀਬਨ 5-6 ਮਿੰਟ ਆਪਾਂ ਭੁੰਨ ਲਿਆ, ਹੁਣ ਆਪਾਂ ਇਹਦੇ ਵਿੱਚ ਪਾ ਦੇਣ ਲੱਗੇ ਮਟਰ, ਪਰ ਮਟਰ ਆਪਾਂ ਇਹ ਗੌਰ ਰੱਖਣੀ ਕਿ ਚੰਗੀ ਤਰ੍ਹਾਂ ਜਿਹੜੇ ਆ ਇਹਦੇ ਨਾਲ ਮਸਾਲੇ ਨਾਲ ਜਿਹੜਾ ਉਹਨਾਂ ਵਿੱਚ ਰੱਜੇ, ਕਿਉਂਕਿ ਮਟਰ ਥੋੜ੍ਹਾ ਜਿਹਾ ਗਲ ਲੱਗਿਆ ਟਾਈਮ ਲੈਂਦੇ ਆ, ਕੁਝ ਹੈ ਠੰਡੇ, ਇਸ ਤਰ੍ਹਾਂ ਆਪਾਂ ਇੱਥੇ 5-6 ਮਿੰਟ ਇਹਨੂੰ ਜ਼ਰੂਰ ਆਪਾਂ ਇਹਦਾ ਮਤਲਬ ਸੇਕ ਲਵਾਵਾਂਗੇ ਤੜਕੇ 'ਚ। ਆਲੂ ਆਪਾਂ ਮੈਸ਼ ਕਰ ਲਿਆ ਜੀ, ਆਹ ਦੇਖੋ, ਅਤੇ ਆਪਾਂ ਇਹਨਾਂ ਆਲੂਆਂ ਦੇ ਅੰਦਾਜ਼ੇ ਨਾਲ ਜਿਹੜਾ ਇੱਧਰਲੇ ਪਾਸੇ ਇਹਦੇ ਵਿੱਚ ਆਪਾਂ ਨਮਕ ਪਾ ਦੇਣਾ, ਤਾਂ ਜੋ ਜਿਹੜਾ ਤੜਕਾ ਨਾ ਛੇਤੀ ਭੁੱਜ ਜੇ, ਅਤੇ ਆਪਾਂ ਨੂੰ ਪਤਾ ਅੰਦਾਜ਼ੇ ਨਾਲ ਵੀ ਆਪਾਂ ਨੂੰ ਇੰਨੇ ਕੁ ਜਿਹੜਾ ਨਮਕ ਆ ਬਹੁਤ ਹੋਊਗਾ, ਜੇ ਘੱਟ ਹੋਊ ਤਾਂ ਆਪਾਂ ਬਾਅਦ 'ਚ ਵੀ ਰਲਾ ਸਕਦੇ ਜਦੋਂ ਡੋ ਤਿਆਰ ਹੋ ਗਈ ਆਲੂਆਂ ਦੀ, ਅਤੇ ਇਹਦੇ ਨਾਲ ਇਹ ਲੂਣ ਰਲਾਉਣ ਨਾਲ ਥੋੜ੍ਹਾ ਜਿਹਾ ਛੇਤੀ ਤਿਆਰ ਹੋ ਜੂਗਾ ਜੀ, ਅਤੇ ਥੋੜ੍ਹੀ ਜਿਹੀ ਮਿਰਚ ਪਾ ਦੀ ਆਪਾਂ, ਜਿਹੜਾ ਤੜਕਾ ਜਿਹੜਾ ਛੇਤੀ ਭੁੱਜੂ, ਮਤਲਬ ਜਿਹੜੇ ਆ ਮਟਰ ਨੇ ਜੀ, ਆਹ ਦੇਖੋ ਆਪਾਂ ਵਿੱਚ ਰਲਾ ਦੇਣਾ, ਕਿਉਂਕਿ ਬਾਅਦ 'ਚ ਆਪਾਂ ਇਹਦੇ ਵਿੱਚ ਆਲੂ ਰਲਾਉਣ ਜਾ ਰਹੇ ਹਾਂ, ਅਤੇ ਆਹ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਜੀ। ਆਹ ਦੇਖੋ ਜੀ, ਆਪਣਾ ਇਸ ਕੰਡੀਸ਼ਨ 'ਚ ਮਸਾਲਾ ਆ ਗਿਆ ਜੀ, ਸੁੱਕ ਚੱਲਾ ਤਕਰੀਬਨ ਸਾਰਾ, ਦੇਖੋ ਜੀ ਤਕਰੀਬਨ ਸੁੱਕਿਆਂ ਵਰਗਾ ਹੀ ਜੀ, ਅਤੇ ਮਟਰ ਆਪਣੇ ਮੰਨ ਲਓ ਆਹ ਦੇਖੋ ਆਪਾਂ ਨੱਪ ਕੇ ਵੀ ਲੈਣਾ, ਜੇ ਨਹੀਂ ਨਾ ਮਤਲਬ ਉਬਲੇ ਮਤਲਬ ਗਲੇ ਚੰਗੀ ਤਰ੍ਹਾਂ, ਤਾਂ ਆਪਾਂ ਇਹਨੂੰ ਐਂ ਮੈਸ਼ ਕਰ ਦੇਣਾ ਜੀ। ਆਹ ਦੇਖੋ ਡਬਲ ਡਬਲ ਬਣ ਜਾਣਗੇ ਜੀ, 2-2 ਪੀਸ ਬਣ ਜਾਣਗੇ ਇੱਕ ਮਟਰ ਦੇ, ਇਸ ਤਰ੍ਹਾਂ ਕਰਕੇ ਆਹ ਦੇਖੋ, ਅਤੇ ਆਹ ਲਓ ਜੀ ਹੋ ਗਿਆ। ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਆਹ ਦੇਖੋ ਜੀ, ਆਹ ਪੋਹਾ ਆਪਣਾ ਸੁੱਕ ਗਿਆ ਸੀ ਜਿਹੜਾ ਤੁਹਾਨੂੰ ਵਿਖਾਇਆ ਸੀਗਾ ਆਪਾਂ,
ਪਾਣੀ 'ਚ ਧੋਤਾ ਸੀ, ਗਿੱਲਾ ਕੀਤਾ ਸੀ ਇਹਨੂੰ, ਇਹ ਸੁੱਕ ਗਿਆ ਜੀ ਤਕਰੀਬਨ। ਹੁਣ ਆਪਾਂ ਵਿੱਚ ਪਾਉਣ ਲੱਗੇ ਜੀ ਇਹਨੂੰ, ਆਹ ਦੇਖੋ ਇਹਨੇ ਟਿੱਕੀ ਦਾ ਜਿਹੜਾ ਮਤਲਬ ਟੈਕਸਚਰ ਆ ਵਧੀਆ ਬਣਾਉਣਾ ਜੀ। ਆਹ ਦੇਖੋ ਇੰਨਾ ਕੁ ਆਪਾਂ ਪਾ ਲਿਆ ਅਤੇ ਇਹਨੂੰ ਆਪਾਂ ਨਾਲ ਨਾਲੇ ਦੇਰ ਲਾ ਕੇ ਚੰਗੀ ਤਰ੍ਹਾਂ ਭੁੰਨਣਾ ਜੀ। ਦੇਖੋ ਬਿਲਕੁਲ ਲੋਅ ਫਲੇਮ 'ਤੇ ਆਪਾਂ ਕਰ ਰਹੇ ਹਾਂ ਜੀ ਸਾਰਾ, ਇਸ ਤਰ੍ਹਾਂ ਇਹਨੂੰ ਭੁੰਨਣਾ ਤੁਸੀਂ। ਇਹ ਦੇਖੋ ਜੀ ਬਿਲਕੁਲ ਸੁੱਕ ਗਿਆ ਜੀ ਪੋਹਾ, ਅਤੇ ਐਂ ਨਹੀਂ ਪਤਾ ਲੱਗ ਰਿਹਾ ਵਿੱਚ ਪੋਹਾ ਪਾਇਆ ਹੋਇਆ, ਮਤਲਬ ਇੱਕ ਭੁਰਜੀ ਜੀ ਟੈਪ ਬਣ ਗਿਆ ਜੀ। ਅਤੇ ਆਪਾਂ ਮੈਸ਼ਰ ਨਾਲ ਥੋੜ੍ਹਾ ਜਿਹਾ ਇਹਨੂੰ ਮੈਸ਼ ਕਰ ਦੇਣਾ ਜੀ। ਆਹ ਦੇਖੋ ਜ਼ਿਆਦਾ ਜ਼ੋਰ ਦੀ ਨਹੀਂ ਕਰਨਾ ਕਿ ਮਟਰ ਫਿਰ ਜਾਣਾ ਹੌਲੀ ਹੌਲੀ, ਬਸ ਜਿਹੜਾ ਇੱਕ ਮਤਲਬ ਇੱਕ ਵਧੀਆ ਜਿਹਾ ਡੋ ਬਣ ਜੇ ਜਿਹੜਾ ਆਲੂਆਂ 'ਚ ਮਿਕਸ ਹੋ ਸਕੇ ਜੀ, ਉਹ ਹੱਡ ਨਾ ਰਵੇ। ਆਹ ਦੇਖੋ ਜੀ ਲਓ ਜੀ ਆਪਾਂ ਇਹਨੂੰ ਮੈਸ਼ ਕਰਤਾ ਜੀ, ਅਤੇ ਹੁਣ ਆਪਾਂ ਜਿਹੜੇ ਆ ਜਿਹੜਾ ਆਹ ਆਪਣਾ ਮਸਾਲਾ ਤਿਆਰ ਹੋਇਆ ਇਹਨੂੰ ਆਲੂਆਂ 'ਚ ਰਲਾਵਾਂਗੇ, ਜਿਨ੍ਹਾਂ ਦੀਆਂ ਆਪਾਂ ਟਿੱਕੀਆਂ ਬਣਾਉਣੀਆਂ ਨੇ ਜੀ। ਅਤੇ ਆਹ ਜਿਹੜਾ ਆਪਾਂ ਮਸਾਲਾ ਬਣਾਇਆ ਜੀ ਇਹਨੂੰ ਆਪਾਂ ਰਲਾ ਦੇਣ ਲੱਗੇ ਹਾਂ ਜੀ, ਇਹਦੇ ਵਿੱਚ ਆਲੂਆਂ ਦੇ ਵਿੱਚ ਸਾਰਾ ਰਲਾ ਦੇਣਾ ਜੀ। ਫਿਰ ਰਲਾ ਕੇ ਫਿਰ ਆਪਾਂ ਇਹਨੂੰ ਕੁਛ ਚਿਰ ਠੰਡਾ ਰੱਖਾਂਗੇ ਜੀ ਸਾਰੇ ਮਸਾਲੇ ਨੂੰ। ਆਹ ਦੇਖੋ ਜੀ ਆਪਾਂ ਆਲੂ ਜਿਹੜਾ ਮਸਾਲਾ ਪਾਇਆ ਉਹਦੇ ਵਿੱਚ ਆਪਾਂ ਮਿਕਸ ਕਰ ਲੈਣੇ ਜੀ, ਅਤੇ ਇੱਕ ਵਾਰ ਇਹਦਾ ਜਿਹੜਾ ਆਪਾਂ ਟੇਸਟ ਜ਼ਰੂਰ ਕਰ ਲੈਣਾ ਜੀ, ਤੁਸੀਂ ਆਪਦੇ ਹਿਸਾਬ ਨਾਲ ਕਰ ਲਿਓ, ਮੈਂ ਵੀ ਕਰਾਂਗਾ ਜੀ ਮਤਲਬ ਟੇਸਟ ਕਰ ਲੈਣਾ। ਲੂਣ ਵਗੈਰਾ ਠੀਕ ਹੈ, ਮਿਰਚਾਂ ਵਗੈਰਾ ਠੀਕ ਨੇ, ਸੋ ਆਪਣਾ ਟੇਸਟ ਵਧੀਆ ਬਣਾ ਲੈਣਾ ਜੀ। ਆਪਾਂ ਜਿਹੜੀ ਚੀਜ਼ ਦੀ ਲੋੜ ਹੈ ਲੂਣ ਦੀ ਜਾਂ ਮਿਰਚ ਦੀ ਉਹ ਆਪਾਂ ਰਲਾ ਸਕਦੇ ਹਾਂ ਇਹਦੇ 'ਚ ਦੁਬਾਰੇ ਵੀ, ਕਿਉਂਕਿ ਜੇ ਆਪਾਂ ਇਹਨੂੰ ਟਿੱਕੀ ਨੂੰ ਬਣਾਉਣਾ ਜੀ ਫਰਾਈ ਕਰਨਾ, ਸੋ ਇਸ ਤਰ੍ਹਾਂ ਦੀ ਡੋ ਦੇਖੋ ਜੀ ਤਿਆਰ ਕਰ ਲੈਣੀ। ਫਿਰ ਇਹਨੂੰ ਆਪਾਂ ਠੰਡਾ ਰੱਖ ਦੇਣਾ ਫਰਿੱਜ ਦੇ ਵਿੱਚ ਘੱਟ ਤੋਂ ਘੱਟ 15-20 ਮਿੰਟ ਰੱਖਣਾ ਜੀ। ਹਾਂਜੀ ਆਪਾਂ ਜਿਹੜੀ ਡੋ ਬਣਾਈ ਹੈ ਆਲੂਆਂ ਦੀ ਟਿੱਕੀ ਵਾਸਤੇ ਉਹ ਆਪਾਂ ਫਰਿੱਜ 'ਚ ਰੱਖਤੀ ਹੈ, ਅਤੇ ਥੋੜ੍ਹੇ ਚਿਰ ਬਾਅਦ ਆਪਾਂ ਅੱਧੇ ਘੰਟੇ ਬਾਅਦ ਜਿਹੜੀਆਂ ਹੁਣ ਟਿੱਕੀਆਂ ਬਣਾਵਾਂਗੇ ਅਤੇ ਤੁਹਾਨੂੰ ਬਣਾ ਕੇ ਵਿਖਾਵਾਂਗੇ ਜੀ। ਅਤੇ ਭਰਾਵਾ ਗਰਮੀ ਭਰਾਵੋ ਬਹੁਤ ਹੈ ਜੀ, ਅਤੇ ਮੈਂ ਨਾ ਧੰਨ ਨੇ ਲੇਡੀਜ਼ ਜਿਹੜੀਆਂ ਕੰਮ ਕਰਦੀਆਂ ਨੇ ਰਸੋਈ ਦੇ ਵਿੱਚ, ਅਤੇ ਗਰਮੀ ਬਹੁਤ ਹੈ। ਮੈਂ ਤਾਂ ਅੱਜ ਕਿੰਨੇ ਦਿਨਾਂ ਬਾਅਦ ਕੰਮ ਕਰਨ ਲੱਗਾ, ਪਹਿਲਾਂ ਤਾਂ ਕੁਕਿੰਗ ਦੀਆਂ ਮਤਲਬ ਆਪਾਂ ਕੋਈ ਨਾ ਕੋਈ ਵਲੋਗ ਬਣਾਉਂਦੇ ਰਹਿੰਦੇ ਸੀ, ਹੋਰ ਕਾਫੀ ਟਾਈਮ ਹੋ ਗਿਆ ਬਣਾਇਆ ਨਹੀਂ ਸੀ, ਅਤੇ ਸਾਰਾ ਵਲੋਗ ਜ਼ਰੂਰ ਦੇਖਿਓ। ਅਤੇ ਅਗਲਾ ਪਾਰਟ ਇਹਦਾ ਇਹ ਹੈ, ਹੁਣ ਆਪਾਂ ਟਿੱਕੀ ਬਣਾ ਕੇ ਖਾਵਾਂਗੇ, ਪੂਰਾ ਬਰਗਰ ਆਪਾਂ ਮੁਕੰਮਲ ਬਣਾ ਕੇ ਖਾਵਾਂਗੇ ਜੀ। ਬਣੇ ਰਹੋ ਜੀ ਵਲੋਗ ਦੇ ਐਂਡ ਤੱਕ, ਬਸ ਅੱਗੇ ਹੁਣ ਆਪਾਂ ਬਰਗਰ ਹੀ ਬਣਾਉਣ ਲੱਗੇ ਹਾਂ। ਲਓ ਜੀ ਆਪਾਂ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਜੀ ਆਲੂ ਨੂੰ ਰੱਖਿਆ ਨੂੰ, ਦੇਖੋ ਠੰਡੇ ਹੋ ਗਏ ਨੇ ਬਿਲਕੁਲ। ਅਤੇ ਹੁਣ ਆਲੂ ਆਪਾਂ ਲਏ ਨੇ ਕੱਢ ਫਰਿੱਜ 'ਚੋਂ, ਅਤੇ ਆਹ ਹੈਗਾ ਜੀ ਆਪਾਂ 3 ਚਮਚੇ ਅਰਾਰੋਟ ਪਾਇਆ, ਅਤੇ ਬਾਕੀ ਆਪਣੇ 7-8 ਚਮਚੇ ਆਪਾਂ ਮੈਦੇ ਦੇ ਪਾਏ ਆ। ਇਹ ਟਿੱਕੀ ਦੇ ਆਪਾਂ ਆਲੇ ਦੁਆਲੇ ਲਾ ਕੇ ਫਿਰ ਬ੍ਰੈਡ ਕਰਮ ਲਾਵਾਂਗੇ, ਅਤੇ ਆਹ ਦੇਖੋ ਜੀ ਆਪਣਾ ਆ ਗਿਆ ਜੀ ਬ੍ਰੈਡ ਕਰਮ। ਅਤੇ ਹੁਣ ਆਪਾਂ ਕਰਦੇ ਹਾਂ ਸਟਾਰਟ, ਦੂਜੇ ਪਾਸੇ ਆਪਾਂ ਤੇਲ ਰੱਖਤਾ ਜੀ ਗਰਮ, ਅਤੇ ਜਿਹਦੇ 'ਚ ਆਪਾਂ ਟਿੱਕੀਆਂ ਫਰਾਈ ਕਰਨੀਆਂ ਨੇ। ਅਤੇ ਇਹਨੂੰ ਆਪਾਂ ਹੁਣ ਇਹਦੇ 'ਚ ਪਾਣੀ ਪਾ ਕੇ ਇੱਕ ਵਧੀਆ ਜਿਹਾ ਇੱਕ ਟੈਕਸਚਰ ਵਾਲਾ ਘੋਲ ਬਣਾਉਂਦੇ ਹਾਂ, ਫਿਰ ਟਿੱਕੀਆਂ 'ਤੇ ਲਾਈ ਜਾਵਾਂਗੇ ਜੀ। ਮੈਦਾ ਅਤੇ ਅਰਾਰੋਟ ਜਿਹੜਾ ਆਪਾਂ ਰਲਾਇਆ ਸੀ ਨਾ, ਇਸ ਤਰ੍ਹਾਂ ਦਾ ਆਪਾਂ ਐਵੇਂ ਟੈਕਸਚਰ ਬਣਾ ਲੈਣਾ ਇਹਦਾ ਜੀ, ਜਿਹੜਾ ਟਿੱਕੀਆਂ ਦੇ ਉੱਪਰ ਮਤਲਬ ਚੰਗੀ ਤਰ੍ਹਾਂ ਲੱਗ ਸਕੇ, ਅਤੇ ਉਸ ਤੋਂ ਬਾਅਦ ਜਿਹੜਾ ਬ੍ਰੈਡ ਕਰਮ ਜਿਹੜਾ ਉੱਪਰ ਟਿੱਕੀਆਂ ਦੇ ਨਾਲ ਜਿਹੜਾ ਚਿਪਕ ਸਕੇ ਜਾਂ ਚੰਬੜ ਸਕੇ ਕਹਿ ਸਕਦੇ ਆਪਾਂ ਜੀ। ਲਓ ਜੀ ਆਪਾਂ ਇੰਨੀ ਕੁਆਂਟਿਟੀ ਲੈ ਲਈ ਜੀ ਆਲੂਆਂ ਦੀ, ਅਤੇ ਹੁਣ ਆਪਾਂ ਇਹਦੀ ਟਿੱਕੀ ਬਣਾਉਣੀ ਹੈ। ਇਸ ਤਰ੍ਹਾਂ ਪਹਿਲਾਂ ਰੋਲ ਕਰਨਾ ਜੀ ਇਹਨੂੰ, ਆਹ ਦੇਖੋ ਜੀ ਚੰਗੀ ਤਰ੍ਹਾਂ ਰੋਲ ਕਰ ਲੈਣਾ ਨੱਪ ਕੇ ਐਂ ਜੀ, ਅਤੇ ਸਾਈਡਾਂ ਤੋਂ ਜ਼ਰੂਰ ਨੱਪਣਾ ਜੀ। ਆਹ ਦੇਖੋ ਥੋੜ੍ਹੀ ਜਿਹੀ ਚੜਾਈ ਰੱਖਣੀ ਹੈ ਤਾਂ ਜੋ ਬਰਗਰ 'ਚ ਜਿਹੜੀ ਹੈ ਸਪਰੈਡ ਹੋ ਜਾਵੇ ਟਿੱਕੀ ਪੂਰੀ। ਆਹ ਲਓ ਜੀ ਟਿੱਕੀ ਦਾ ਆਪਾਂ ਬਣਾ ਲਈ ਹੈ ਜੀ, ਅਤੇ ਇਹਨੂੰ ਇਸ ਤਰ੍ਹਾਂ ਕਰਕੇ ਮੁੜ ਕੇ ਇਹਦੇ ਵਿੱਚ ਡੁਬਾਉਣਾ ਜੀ ਜਿਹੜਾ ਆਪਾਂ ਆਹ ਬਣਾਇਆ ਜੀ ਘੋਲ। ਆਹ ਦੇਖੋ ਫਿਰ ਜੀ ਡੁਬੋ ਕੇ ਉਸ ਤੋਂ ਬਾਅਦ ਆਹ ਦੇਖੋ ਜੀ ਇਹਦਾ ਆਹ ਚੀਜ਼ ਬਣ ਗਈ। ਉਸ ਤੋਂ ਬਾਅਦ ਇਹਨੂੰ ਬ੍ਰੈਡ ਕਰਮ ਦੇ ਵਿੱਚ ਪਾਉਣਾ ਜੀ, ਅਤੇ ਚੰਗੀ ਤਰ੍ਹਾਂ ਐਂ ਰੋਲ ਕਰਨਾ ਜੀ, ਬ੍ਰੈਡ ਕਰਮ ਇੱਥੇ ਚੰਗੀ ਤਰ੍ਹਾਂ ਇੰਜ ਲਾ ਦੇਣਾ ਜੀ, ਅਤੇ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਤਿਆਰ ਕਰਨੀਆਂ ਇੰਜ ਹੀ ਕਰਨੀਆਂ ਨੇ ਜੀ। ਆਹ ਦੇਖੋ ਅਤੇ ਇਹਨੂੰ ਆਪਾਂ 2 ਕੁ ਮਿੰਟ ਵਾਸਤੇ ਜਿਹੜਾ ਰੱਖ ਸਕਦੇ ਹਾਂ, ਆਪਾਂ ਇਹਨੂੰ 3-4 ਦਿਨ ਵੀ ਰੱਖ ਸਕਦੇ ਹਾਂ, ਉਸ ਤੋਂ ਵੱਧ ਵੀ ਰੱਖ ਸਕਦੇ ਹਾਂ ਫਰਿੱਜ ਦੇ ਵਿੱਚ, ਇਹਨੂੰ ਪਾਣੀ ਜਾਂ ਹਵਾ ਜ਼ਿਆਦਾ ਨਾ ਲੱਗੇ ਏਅਰ ਟਾਈਟ ਕਰਕੇ ਰੱਖ ਸਕਦੇ ਹਾਂ। ਅਤੇ ਜਿਹੜੀਆਂ ਟਿੱਕੀਆਂ ਦੁਬਾਰੇ ਵੀ ਆਪਾਂ ਕੱਲ੍ਹ ਪਰਸੋਂ ਜਦੋਂ ਵੀ 3-4 ਦਿਨ 'ਚ ਆਪਾਂ ਬਣਾ ਸਕਦੇ ਹਾਂ। ਦੇਖੋ ਇਹਨੂੰ ਪੂਰੀ ਤਰ੍ਹਾਂ ਬ੍ਰੈਡ ਕਰਮ ਜਿਹੜਾ ਚਿਪ ਚੁੱਕਾ ਜੀ, ਅਤੇ ਟਿੱਕੀ ਪੂਰੀ ਹੈ ਜਿਹੜੀ, ਜਿੰਨਾ ਬ੍ਰੈਡ ਕਰਮ ਵੱਧ ਲੱਗਾ ਹੋਊਗਾ ਸਾਈਡਾਂ 'ਤੇ ਅਤੇ ਉਹ ਕ੍ਰਿਸਪੀ ਬਣੂਗੀ ਜੀ। ਆਹ ਦੇਖੋ ਜੀ ਪੂਰਾ ਬ੍ਰੈਡ ਕਰਮ ਆ ਜਿਹੜਾ ਉਹ ਨਾਲ ਲੱਗ ਗਿਆ ਜੀ, ਬ੍ਰੈਡ ਕਰਮ ਨੇ ਜਿਹੜਾ ਇਹਦਾ ਪਾਣੀ ਟਿੱਕੀ ਦਾ ਚੂਸ ਲਿਆ ਜੀ। ਲਓ ਜੀ ਟਿੱਕੀਆਂ ਆਪਣੀਆਂ ਬਣ ਗਈਆਂ ਨੇ, ਦੇਖੋ
ਥੋੜ੍ਹੇ ਜਿਹੇ ਵੱਡੇ ਸਾਈਜ਼ ਦੀਆਂ ਬਣਾਈਆਂ ਤਾਂ ਜੋ ਬਰਗਰ ਦੇ ਵਿੱਚ ਪੂਰੀਆਂ ਹਨ। ਹੁਣ ਆਪਾਂ ਤੁਹਾਨੂੰ ਇਹਨਾਂ ਨੂੰ ਫਰਾਈ ਕਰਕੇ ਵਿਖਾਉਂਦੇ ਹਾਂ। ਦੇਖੋ ਜੀ ਤੇਲ ਆਪਣਾ ਪੂਰਾ ਗਰਮ ਹੈ ਅਤੇ ਆਪਣਾ ਪੂਰੇ ਗਰਮ ਗਰਮ ਤੇਲ 'ਚ ਪਾਉਣੀਆਂ, ਸੋ ਡਾਇਟ ਕੀ ਹੈ ਟੁੱਟ ਨਾ ਜਾਣ ਜੀ। ਠੀਕ ਹੈ ਜੀ, ਆਹ ਲਓ ਜੀ ਆਪਾਂ ਪਾ ਦੇ ਲਾਂਗੇ ਵਿੱਚ ਟਿੱਕੀ। ਦੇਖੋ ਜੀ ਮਿੰਟਾਂ ਮਿੰਟ ਤਿਆਰ ਹੋ ਜਾਣੀ ਹੈ ਜੀ, ਅਤੇ ਦੇਖੋ ਜੀ ਬਿਲਕੁਲ ਨਹੀਂ ਫੈਲੀ ਹੈਗੀ। ਆਪਾਂ ਫਿਲਹਾਲ ਇੱਕੋ ਟਿੱਕੀ ਪਾਈ ਤੁਹਾਨੂੰ ਵਿਖਾਉਣ ਵਾਸਤੇ। ਆਹ ਦੇਖੋ ਜੀ ਜਦੋਂ ਦੇਖੀਏ ਨਾ ਟਿੱਕੀ ਥੋੜ੍ਹੀ ਜਿਹੀ ਲਾਲ ਹੋ ਗਈ ਹੈ ਤਾਂ ਇੰਝ ਕਰਕੇ ਆਪਾਂ ਇਹਨੂੰ ਥੋੜ੍ਹਾ ਜਿਹਾ ਬਾਹਰ ਕੱਢ ਲੈਣਾ, ਤਾਂ ਫਿਰ ਇਹਦਾ ਪਾਸਾ ਜਿਹੜਾ ਬਦਲ ਦੇਣਾ ਜੀ। ਆਹ ਦੇਖੋ ਫਿਰ ਇੱਕ ਪਾਸੇ ਸੜ ਵੀ ਜਾਂਦੀ ਜੀ ਕਿਸੇ ਵੇਲੇ, ਜੇ ਸੇਕ ਜ਼ਿਆਦਾ ਲੱਗ ਜੇ ਤਾਂ ਉਹਦਾ ਟੇਸਟ ਫਿਰ ਕੜਾਂਗਾ ਹੋ ਜਾਂਦਾ ਜੀ। ਇਸ ਤਰ੍ਹਾਂ ਆਪਾਂ ਪਹਿਲਾਂ ਆਪਾਂ ਮਤਲਬ ਇੱਕਦਮ ਤੇਜ਼ ਜਿਹੜੀ ਆ ਫਲੇਮ ਉੱਤੇ ਇਹਨੂੰ ਬਣਾਉਣਾ, ਮੁੜ ਕੇ ਫਿਰ ਆਪਾਂ ਮੀਡੀਅਮ ਵੀ ਕਰ ਸਕਦੇ ਹਾਂ ਜੀ। ਆਹ ਦੇਖੋ ਟਿੱਕੀ ਆਪਣੀ ਇਸ ਤਰ੍ਹਾਂ ਦੀ ਬਣੂਗੀ ਜੀ, ਦੂਜੇ ਪਾਸੇ ਤੁਹਾਨੂੰ ਦਿਖਾ ਰਿਹਾ ਜੀ। ਆਹ ਦੇਖੋ ਐਵੇਂ ਬਣ ਜੂਗੀ ਜੀ। ਦੇਖੋ ਦੇਖੋ ਜੀ ਤਿਆਰ ਨੇ ਆਪਣੀਆਂ ਕੁਰਕੜੀਆਂ ਕੁਰਕੜੀਆਂ ਟਿੱਕੀਆਂ ਪੂਰੀਆਂ ਰੜ ਕੇ ਬਣੀਆਂ ਨੇ, ਅਤੇ ਆਹ ਦੇਖੋ ਜੀ ਪੂਰੀ ਕ੍ਰਿਸਪੀ ਹੈ ਟਿੱਕੀ, ਪੂਰੀ ਆਵਾਜ਼ ਆਉਂਦੀ ਹੈ ਜੀ, ਮਾਈਕ 'ਚ ਸ਼ਾਇਦ ਨਾ ਆਉਂਦੀ ਹੋਵੇ। ਅਤੇ ਦੇਖੋ ਜੀ ਰੈਡੀ ਨੇ, ਰਾੜ ਲੈਣੀਆਂ ਨੇ ਪੂਰੀਆਂ ਟਿੱਕੀਆਂ, ਤਾਂ ਹੀ ਸਵਾਦ ਲੱਗਦੀਆਂ ਨੇ ਬਰਗਰ ਦੇ ਵਿੱਚ ਜੀ ਇਹ। ਅਤੇ ਹੁਣ ਆਪਾਂ ਪਾਉਂਦੇ ਜੀ ਇੱਥੇ ਪਹਿਲਾਂ ਮਿਊਨੀਅਸ, ਇਹ ਹੈਗੀ ਜੀ ਮਿੰਟ ਵਾਲੀ ਯਾਨੀ ਕਿ ਪੁਦੀਨੇ ਵਾਲੀ, ਸਾਰੀਆਂ ਆਪਾਂ ਸੋਸਿਸ ਪਾਉਣੀਆਂ ਨੇ ਇੱਥੇ। ਅਤੇ ਪਹਿਲਾਂ ਆਪਾਂ ਇਹ ਪਾ ਰਹੇ ਜੀ, ਥੋੜ੍ਹੀ ਜਿਹੀ ਔਖਾ ਨਿਕਲਦੀ ਹੈ। ਆਹ ਦੇਖੋ ਜੀ ਇਹ ਪਾ ਲੈਣੀ ਹੈ, ਅਤੇ ਹੋਰ ਵੀ ਪਾਉਣੀਆਂ ਨੇ ਦੂਜੀਆਂ ਸੋਸਿਸ। ਇਹ ਪਾ ਕੇ ਹੁਣ ਆਪਾਂ ਪਾਉਣ ਲੱਗੇ ਹਾਂ ਜੀ ਇੱਥੇ ਥਾਊਜ਼ੈਂਡ ਆਈਲੈਂਡ, ਥਾਊਜ਼ੈਂਡ ਆਈਲੈਂਡ ਪਾਵਾਂਗੇ, ਨਾਲੇ ਪੀਜ਼ਾ ਪਾਸਤਾ ਪਾਵਾਂਗੇ ਜੀ। ਥੋੜ੍ਹੀ ਜਿਹੀ ਲਾਵਾਂਗੇ ਜੀ ਇੱਥੇ ਆਪਾਂ ਮਿਊਨੀਅਸ, ਜ਼ਿਆਦਾ ਮਾਤਰਾ ਜੀ ਲਾਉਣੀ, ਫਿਰ ਇਹਦਾ ਟੇਸਟ ਆਉਣ ਲੱਗ ਜੂਗਾ ਜੀ। ਅਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਇਤਨਾ ਸਪਰੈਡ ਕਰ ਲੈਣੀਆਂ ਜੀ, ਫੈਲਾ ਲੈਣੀਆਂ ਬਰਗਰ ਦੇ ਉੱਪਰ। ਅਤੇ ਦੂਜੇ ਪਾਸੇ ਜਿਹੜਾ ਬਰਗਰ ਦਾ ਆਹ ਵਾਲਾ ਪਾਸਾ ਜੀ, ਇੱਥੋਂ ਆਪਾਂ ਬਰਗਰ ਨੂੰ ਜਿਹੜਾ ਤਵੇ 'ਤੇ ਰੱਖ ਕੇ ਜੀ ਰਿਫਾਇੰਡ ਵਗੈਰਾ ਲਗਾ ਕੇ ਤਲਾਂਗੇ, ਇੱਕ ਵਾਰੀ ਗਰਮ ਕਰਾਂਗੇ, ਅਤੇ ਥੋੜ੍ਹੀ ਜਿਹੀ ਔਰਗੈਨੋ ਲਾ ਲੈਂਦੇ ਹਾਂ ਜੀ। ਦੇਖੋ ਜੀ ਔਰਗੈਨੋ ਧੂੜਦੇ ਨਹੀਂ, ਟੇਸਟ ਆਊਗਾ ਔਰਗੈਨੋ ਦਾ ਜੀ। ਅਤੇ ਉਸ ਤੋਂ ਬਾਅਦ ਰਹਿ ਗਈ ਥਾਊਜ਼ੈਂਡ ਆਈਲੈਂਡ, ਉਹ ਵੀ ਇਸੇ ਤਰ੍ਹਾਂ ਇੱਥੇ ਲਾ ਦੇਣੀ ਹੈ ਜੀ, ਥਾਊਜ਼ੈਂਡ ਆਈਲੈਂਡ ਲਾ ਦੇਣੀ ਆ, ਅਤੇ ਨਾਲ ਹੀ ਪੀਜ਼ਾ ਪਾਸਤਾ ਆਪਾਂ ਇਕੱਠੀਆਂ ਪਾ ਦਾਂਗੇ। ਆਹ ਦੇਖੋ ਜੀ ਇੰਨੀ ਇੰਨੀ ਬਸ ਪਾਉਣੀ ਹੈ ਜੀ, ਉਸ ਤੋਂ ਬਾਅਦ ਆਪਾਂ ਇਹਨੂੰ ਰਾੜ ਦੇਣਾ ਤਵੇ 'ਤੇ। ਲਓ ਜੀ ਤਵੇ 'ਤੇ ਪਾ ਲਿਆ ਥੋੜ੍ਹਾ ਜਿਹਾ ਰਿਫਾਇੰਡ ਆਪਾਂ, ਅਤੇ ਤਵਾ ਆਪਣਾ ਤਕਰੀਬਨ ਗਰਮ ਹੀ ਹੈ ਜੀ। ਅਤੇ ਜਿਹੜੇ ਆਪਾਂ ਬੰਦ ਸੀਗੇ ਆਪਾਂ ਜਿਹਨਾਂ 'ਤੇ ਲਾਏ ਸੀਗੇ, ਆਹ ਦੇਖੋ ਜੀ ਮਿਊਨੀਅਸ ਵਗੈਰਾ, ਅਤੇ ਉਹ ਸਾਰੇ ਆਪਾਂ ਲੈ ਲੈਣੇ ਆ ਜੀ। ਇਸ ਤਰ੍ਹਾਂ ਕਰਕੇ ਆਪਾਂ ਤਵੇ 'ਤੇ ਹੁਣ ਗਰਮ ਹੁੰਦਾ ਜਾਂਦਾ ਜੀ, ਅਤੇ ਆਪਾਂ ਥੋੜ੍ਹਾ ਜਿਹਾ ਫੁੱਲ ਕਰਤਾ ਗੈਸ। ਆਹ ਦੇਖੋ ਅਤੇ ਇਹਦੇ ਉੱਪਰ ਰੱਖ ਦੇਣਾ ਜੀ, ਆਹ ਦੇਖੋ ਰੜਨ ਦੇਣਾ ਜੀ। ਅਤੇ ਇਹਦੇ ਉੱਪਰ ਆਪਾਂ ਮੈਂ ਤੁਹਾਨੂੰ ਲਾ ਕੇ ਵਿਖਾਉਂ, ਜਦੋਂ ਆਪਾਂ ਟਿੱਕੀ ਰੱਖਣੀ ਹੈ ਜੀ ਉਸ ਤੋਂ ਪਹਿਲਾਂ ਆਪਾਂ ਇਹਨੂੰ ਜ਼ਿਆਦਾ ਨਹੀਂ ਰਾੜਨਾ ਹੈਗਾ, ਬਸ ਥੋੜ੍ਹਾ ਥੋੜ੍ਹਾ ਗਰਮ ਕਰਨਾ ਜੀ। ਆਹ ਦੇਖੋ ਰੜਨ ਦੀ ਜਿਹੜੀ ਆਵਾਜ਼ ਆਉਣ ਲੱਗ ਗਈ ਹੈ। ਇੱਥੇ ਆਪਾਂ ਪਿਆਜ਼ ਜੀ, ਪਿਆਜ਼ ਦੇ ਉੱਪਰ ਰੱਖ ਦਾਂਗੇ, ਪਿਆਜ਼ ਰੱਖ ਕੇ ਫਿਰ ਟਿੱਕੀ ਲਾ ਦਾਂਗੇ, ਉਹ ਵੀ ਦਿਖਾਉਂਦਾ ਤੁਹਾਨੂੰ ਜੀ। ਆਹ ਦੇਖੋ ਜੀ ਬਰਗਰ ਵਾਲਾ ਬੰਨ ਆਪਣਾ ਤਿਆਰ ਹੋ ਗਿਆ ਜੀ, ਆਹ ਦੇਖੋ ਰੜ ਗਿਆ। ਅਤੇ ਇਹਦੇ ਉੱਪਰ ਆਪਾਂ, ਹਾਂ ਵੇਖੋ ਜੀ ਆਪਣੇ ਕੋਲ ਪਿਆਜ਼ ਹੈ ਥੋੜ੍ਹਾ ਜਿਹਾ, ਦੇਖੋ ਜੀ ਪਿਆਜ਼ ਲਗਾ ਦਾਂਗੇ ਜੀ। ਅਤੇ ਲਓ ਜੀ ਪਿਆਜ਼ ਗਿਆ ਲੱਗ ਜੀ ਸਾਰੇ ਪਾਸੇ ਤਕਰੀਬਨ। ਲਓ ਜੀ ਇਹਦੇ ਉੱਪਰ ਹੁਣ ਆਪਾਂ ਦੇਖੋ ਜੀ ਗਰਮ ਗਰਮ ਟਿੱਕੀ ਉੱਪਰ ਰੱਖ ਦੇਣੀ ਜੀ। ਆਹ ਲਓ ਜੀ ਲਓ ਜੀ ਬਰਗਰ ਹੋ ਗਿਆ ਆਪਣਾ ਰੈਡੀ, ਬਰਗਰ ਥੋੜ੍ਹਾ ਜਿਹਾ ਲਾਲ ਹੋ ਗਿਆ, ਜ਼ਿਆਦਾ ਰੜ ਗਿਆ ਜੀ, ਪਰ ਚਲੋ ਕੋਈ ਗੱਲ ਨਹੀਂ ਖਾਵਾਂਗੇ ਜੀ ਇਹਨੂੰ। ਅਤੇ ਸੀਪੀ ਦੀ ਹੈਲਪ ਨਾਲ ਆਪਾਂ ਲਿਆ ਜੀ ਇਹਨੂੰ ਚੁੱਕ, ਅਤੇ ਆਹ ਦੇਖੋ ਜੀ ਥੋੜ੍ਹਾ ਜਿਹਾ ਕਾਲਾ, ਕੋਈ ਚੱਕਰ ਨਹੀਂ ਪਰ ਟੇਸਟ ਹੀ ਬਣਿਆ ਹੋਊਗਾ ਆਈ ਹੋਪ। ਅਤੇ ਬਾਕੀ ਕਰਦੇ ਹਾਂ ਟੇਸਟ ਜੀ। ਲਓ ਜੀ ਕਰਦੇ ਹਾਂ, ਦੇਖੋ ਜੀ ਕਰੋ ਚੈੱਕ। ਕਿਆ ਬਾਤ ਹੈ, ਵੈਰੀ ਨਾਈਸ ਜੀ, ਬਹੁਤ ਬਣਿਆ ਜੀ ਵਧੀਆ। ਅਤੇ ਮਤਲਬ ਮਿਰਚ ਥੋੜ੍ਹੀ ਜਿਹੀ ਵੱਧ ਹੋ ਗਈ ਪਰ ਘੈਂਟ ਬਣਿਆ ਜੀ, ਪੂਰਾ ਟੇਸਟ ਹੈ ਜੀ ਜਿਵੇਂ ਬਾਜ਼ਾਰੋਂ ਖਾਈਦਾ ਉਹੀ ਸੇਮ ਟੇਸਟ ਹੈ, ਮਜ਼ਾ ਆ ਗਿਆ ਜੀ ਖਾ ਕੇ। ਹਾਂਜੀ ਇਹ ਸੀ ਆਪਣਾ ਅੱਜ ਦਾ ਵਲੋਗ ਜੀ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੋਗ। ਅਤੇ ਤੁਸੀਂ ਵੀ ਇਸੇ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਵਧੀਆ ਵਧੀਆ ਚੀਜ਼ਾਂ ਘਰੇ ਬਣਾਉਣ ਦੀ। ਅਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ।
ਬਰਗਰ ਤੁਸੀਂ ਵੇਖੇ ਆਪਾਂ ਨੂੰ ਬਣਾਉਂਦੇ ਜੀ ਕਿਵੇਂ ਆਪਾਂ ਬਣਾਏ ਨੇ। ਥੈਂਕ ਯੂ ਜੀ।